ਸ਼ਸ਼ਿਕਾ ਮੈਂ ਪੀਰੀਆਟ੍ਰਿਕ ਕੋਆਰਡੀਨੇਟਰ ਚੰਪੂ ਹਸਪੀਟਲ ਜਲੰਧਰ ਤੋਂ ਅੱਜ ਸਾਡਾ ਸਾਡੇ ਪੇਸ਼ੈਂਟ ਹੈ ਮਿਸਟਰ ਜਸਪਾਲ ਸਿੰਘ ਜਿਨ੍ਹਾਂ ਸਾਡੇ ਤੋਂ 5 ਮਹੀਨੇ ਪਹਿਲਾਂ ਮੈਨੇ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ ਸੀਗੀ ਅੱਜ ਅਸੀਂ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਸ਼ਸ਼ਿਕਾ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣੇ ਵਾਲਾ ਅਬੂ ਧਾਬੀ ਦੇ ਵਿੱਚ ਮੇਰਾ ਆਪਣਾ ਬਿਜ਼ਨਸ ਆ ਤੇ ਮੈਂ 9ਵੇਂ ਮਹੀਨੇ ਦੀ 14 ਤਰੀਕ ਨੂੰ ਆਪਰੇਸ਼ਨ ਕਰਵਾਇਆ ਸੀਗਾ ਪਹਿਲਾਂ ਮੇਰਾ ਸ਼ੂਗਰ ਜਿਹੜੀ ਹੈ 300 ਤੋਂ ਉੱਪਰ ਸੀ ਅਤੇ ਮੈਂ 3 ਟੈਬਲੇਟ ਦਿਹਾੜੀ 'ਤੇ ਖਾਂਦਾ ਸੀ ਦੁਪਹਿਰ ਸਵੇਰ ਔਰ ਸ਼ਾਮ ਉਸ ਤੋਂ ਬਾਅਦ ਕੋਲੈਸਟ੍ਰੋਲ ਮੇਰਾ 350 ਤੋਂ ਉੱਪਰ ਸੀ ਵਜ਼ਨ ਮੇਰਾ 154 ਸੀ ਹੁਣ ਇਸ ਟਾਈਮ ਵਜ਼ਨ ਮੇਰਾ ਹੈ 121 ਸ਼ੂਗਰ ਮੈਨੂੰ ਬਿਲਕੁਲ ਨਹੀਂ ਹੈ ਕੋਲੈਸਟ੍ਰੋਲ ਬਿਲਕੁਲ ਖਤਮ ਹੈ ਲੇਕਿਨ ਜਿਹੜੀ ਇਹਦੀ ਦਵਾਈ ਦਿੱਤੀ ਹੈਗੀ ਆ 2 ਗੋਲੀਆਂ ਸਵੇਰੇ ਅਤੇ 2 ਸ਼ਾਮ ਨੂੰ ਮੈਂ ਖਾਂਦਾ ਇੱਕ ਫਾਸਟਿੰਗ ਦੇ ਵਿੱਚ ਸਵੇਰੇ ਉਸ ਤੋਂ ਬਾਅਦ ਹੁਣ ਇਸ ਟਾਈਮ ਮੈਨੂੰ ਤੁਰਨਾ ਫਿਰਨਾ ਕੋਈ ਵੀ ਕਿਸੇ ਤਰ੍ਹਾਂ ਦੇ ਬੈਠਣ ਉੱਠਣ 'ਚ ਕੋਈ ਵੀ ਪ੍ਰੋਬਲਮ ਨਹੀਂ ਹੈ ਇਸ ਟਾਈਮ ਮੇਰਾ ਭਾਰ 121 ਹੈਗਾ ਲੇਕਿਨ ਹੋਰ ਵੀ ਜਿੱਦਾਂ ਰੋਟੀ ਮੈਂ ਦਿਹਾੜੀ ਦੇ ਵਿੱਚ ਸਵੇਰੇ ਇੱਕ ਸ਼ਾਮ ਅਤੇ ਫਰੂਟ ਖਿਚੜੀ ਦੁੱਧ ਦਹੀਂ ਕੋਈ ਖਾਣ ਪੀਣ ਦੇ ਵਿੱਚ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਹਲਕਾ ਸਾਹ ਬਹੁਤ ਚੜ੍ਹਦਾ ਸੀਗਾ ਸਾਹ ਹੁਣ ਬਿਲਕੁਲ ਨਹੀਂ ਚੜ੍ਹਦਾ ਜਿੰਨਾ ਮਰਜ਼ੀ ਤੁਰਨੇ ਨੂੰ ਰੂਹ ਵੀ ਕਰਦੀ ਆ ਕੱਪੜੇ ਵਧੀਆ ਕਰਦੀ ਆ ਚੱਲਣਾ ਫਿਰਨਾ ਬਹੁਤ ਵਧੀਆ ਆ ਬੈਠਣ ਉੱਠਣ ਵੇਲੇ ਕੋਈ ਤਕਲੀਫ ਨਹੀਂ ਹੁੰਦੀ ਪਹਿਲਾਂ ਬੈਠਣ ਉੱਠਣ ਵਾਸਤੇ ਬਹੁਤ ਤਕਲੀਫ ਸੀਗੀ ਸਾਹ ਬਹੁਤ ਚੜ੍ਹਦਾ ਸੀਗਾ ਅਤੇ ਹੁਣ ਆਪਣੇ ਆਪ ਦਿਲ ਕਰਦਾ ਵੀ ਉੱਠੀਏ ਥੋੜ੍ਹਾ ਬਹੁਤਾ ਦੌੜੀਏ ਸੁਤਰੀਏ ਆਪਣੇ ਸਾਰੇ ਫਰੈਂਡਾਂ ਨੂੰ ਵੀ ਇਹ ਕਹਿਣਾ ਜਿੰਨੇ ਵੀ ਮੇਰੇ ਦੋਸਤ ਮਿੱਤਰ ਮਿਲਦੇ ਸਾਰਿਆਂ ਨੂੰ ਇਹ ਕਹਿਣਾ ਕਿ ਤੁਸੀਂ ਜ਼ਰੂਰ ਕਰਵਾਓ ਇਹ ਜੀ ਹਾਂ ਕਰ ਸਕਦੇ ਜਦੋਂ ਮਰਜ਼ੀ ਮੇਰਾ ਨੰਬਰ ਹੈਗਾ ਡਬਲ ਜ਼ੀਰੋ ਨਾਈਨ ਸੈਵਨ ਵਨ ਫਾਈਵ ਜ਼ੀਰੋ ਸਿਕਸ ਨਾਈਨ ਨਾਈਨ ਫੋਰ ਟੂ ਸੈਵਨ ਜ਼ੀਰੋ ਜੇ ਤੁਸੀਂ ਨੈੱਟ 'ਤੇ ਵੀ ਸਰਚ ਕਰਕੇ ਹਰਮਨ ਟਰਾਂਸਪੋਰਟ ਦਾ ਲੱਭ ਕੇ ਜਨਰਲ ਮੈਨੇਜਰ MD ਮੇਰੀ ਕੰਪਨੀ ਮੇਰੀ ਕੰਪਨੀ ਦਾ ਹੈਗਾ ਕੰਪਨੀ ਮੇਰੀ ਆਪਣੀ ਹੈਗੀ ਆ ਅਤੇ ਪਹਿਲੇ ਤਾਂ ਮੇਰਾ ਭਾਰ ਬਹੁਤ ਜ਼ਿਆਦਾ ਸੀਗਾ 154 ਅਤੇ ਮੈਨੂੰ ਉੱਠਣਾ ਫਿਰਨਾ ਚੱਲਣਾ ਬਹੁਤ ਜ਼ਿਆਦਾ ਤਕਲੀਫ ਸੀ ਪਰ ਮੈਨੂੰ ਜਿੱਦਾਂ ਮੇਰੇ ਦੋਸਤਾਂ ਨੇ ਜਾਂ ਨੈੱਟ 'ਤੇ ਮੈਂ ਸਾਰਾ ਦੇਖ ਕੇ ਅਤੇ ਉੱਥੋਂ ਜਲਦੀ ਆ ਕੇ ਕੁਛ ਨਹੀਂ ਕਰਦੀ ਥੈਂਕ ਯੂ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਹਸਪੀਟਲ ਵਾਲੇ ਤੇ ਸਟਾਫ ਨਾਲ ਬਹੁਤ 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 ਵਧੀਆ ਰਿਹਾ ਜੀ ਮੈਂ 2 ਦਿਨ ਹਸਪੀਟਲ ਰਿਹਾ ਤੀਸਰੇ ਦਿਨ ਦੁਪਹਿਰ ਨੂੰ ਮੈਂ ਸ਼ਿਫਟ ਹੋ ਗਿਆ ਸੀ ਬਿਲਕੁਲ ਠੀਕ ਕੋਈ ਵੀ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਰਿਹਾ ਥੈਂਕ ਯੂ ਸੋ ਮਚ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਨ ਲਈ ਥੈਂਕ ਯੂ